ਹਾਂਜੀ, ਕੀ ਹਾਲ ਚਾਲ ਆ? ਅੱਜ ਆਪਾਂ ਲੰਘ ਰਹੇ ਸੀ ਜਲੰਧਰ ਵਾਲੀ ਕੋਲ ਦੀ ਹਵੇਲੀ, ਜਿਹੜੀ ਹਵੇਲੀ ਆ ਜਲੰਧਰ ਵਾਲੀ ਉਹਦੇ ਕੋਲ ਦੀ, ਅਤੇ ਸੋਚਿਆ ਫਿਰ ਯੂ ਟਰਨ ਲੈ ਲਿਆ ਜਾਵੇ। ਗੱਡੀ ਆਪਾਂ ਮੋੜਤੀ ਜਲੰਧਰ ਵਾਲਿਆਂ ਦੀ ਹਵੇਲੀ ਵੱਲ ਨੂੰ, ਜਾ ਕੇ ਪੀਂਦੇ ਹਾਂ ਚਾਹ ਉੱਥੇ ਕੈੜੀ ਜੀ। ਟ੍ਰੈਫਿਕ ਦੋਨੇ ਸਾਈਡ ਤੋਂ ਆਉਂਦੀ ਜਾਂਦੀ ਆ, ਤਾਂ ਕਰਕੇ ਇੱਥੇ ਥੋੜ੍ਹੀ ਦਿੱਕਤ ਰਹਿੰਦੀ ਆ, ਅਤੇ ਕੁਝ ਗੱਡੀਆਂ ਵੀ ਆ ਸੜਕ ਦੀ ਖੜਾਉਂਦੇ ਨੇ ਜਿਹੜੇ ਥੋੜ੍ਹੇ ਜਿਹੇ ਹੈਵੀ ਡਰਾਈਵਰ ਹੁੰਦੇ ਨੇ, ਪਰ ਆ ਟ੍ਰੈਫਿਕ ਵਾਲੇ ਵਿਚਾਰੇ ਜਿਹੜੇ ਇੱਥੇ ਸਿਕਿਉਰਿਟੀ ਗਾਰਡ ਵਗੈਰਾ ਨੇ, ਉਹ ਚਲੋ ਇੱਧਰ ਉੱਧਰ ਕਰਾਉਂਦੇ ਨੇ। ਆ ਲਓ ਜੀ, ਆਪਾਂ ਗੱਡੀ ਮੋੜ ਲਈ ਪਾਰਕਿੰਗ ਨੂੰ। ਗਰਮੀ 'ਚ ਖੜ੍ਹੇ ਆ ਵਿਚਾਰੇ ਸਿਕਿਉਰਿਟੀ ਗਾਰਡ, ਸਾਰੇ ਪਸੀਨੇ ਭਿੱਜੇ ਪਏ ਨੇ ਸ਼ਰਟਾਂ ਇਹਨਾਂ ਦੀ ਪਸੀਨੇ ਨਾਲ। ਅਤੇ ਜਦੋਂ ਤੁਸੀਂ ਐਂਟਰੀ ਕਰਦੇ ਹੋ ਤਾਂ ਉਹ ਸਾਹਮਣੇ ਤੁਹਾਡੀ ਇੱਕ ਤੁਹਾਨੂੰ ਇੱਕ ਟੋਕਨ ਦਿੱਤਾ ਜਾਵੇਗਾ, ਜਿੱਥੇ ਗੱਡੀ ਦਾ ਨੰਬਰ ਵਗੈਰਾ ਕਰਕੇ ਤੁਸੀਂ ਗੱਡੀ ਐਂਟਰ ਕਰ ਸਕਦੇ ਹੋ। ਉਸ ਤੋਂ ਬਾਅਦ ਜਦੋਂ ਗੱਡੀ ਕੱਢਣੀ ਹੈ ਫਿਰ ਇਹ ਪਰਚੀ ਇਹਨਾਂ ਨੂੰ ਦੇਣੀ ਪੈਂਦੀ ਹੈਗੀ, ਇਹ ਰੱਖ ਲੈਂਦੇ ਆਪਣੇ ਕੋਲ, ਅਤੇ ਤੋਂ ਗੱਡੀ ਲੈ ਕੇ ਫਿਰ ਬਾਹਰ ਆ ਸਕਦੇ ਹਾਂ। ਦੇਖੋ, ਆਪਾਂ ਨੂੰ ਇਹਨਾਂ ਨੇ ਇੱਕ ਪਰਚੀ ਦਿੱਤੀ ਹੈਗੀ ਛੋਟੀ ਜੀ, ਪਰਚੀ ਮਿਲਣ ਤੋਂ ਬਾਅਦ ਆਪਾਂ ਸਿੱਧੀ ਗੱਡੀ ਚੱਲੇ ਹਾਂ ਪਾਰਕ ਕਰਾਉਣ, ਅਤੇ ਬਾਹਰ ਨਿਕਲਦੇ ਜਾ ਰਹੀ ਆ। ਦੇਖੋ, ਇੱਥੇ ਸਵਾਗਤ ਕਰਿਆ ਪਾਣੀ ਵਾਲੇ ਪੱਖਿਆਂ ਨੇ, ਆਹ ਬਾਬਾ ਢੋਲ ਚੱਕੀ ਖੜਾ, ਆਹ ਦੇਖੋ ਚਾਰੇ ਪਾਸੇ ਪਾਣੀ ਪਾਣੀ ਦੀਆਂ ਵਿਛਾਰਾਂ ਹੋ ਰਹੀਆਂ ਨੇ, ਲੱਗਦਾ ਇੱਦਾਂ ਜਿਵੇਂ ਮੀਂਹ ਪੈ ਰਿਹਾ ਹੋਵੇ। ਨਾ ਹਵੇਲੀ ਦੀ ਸ਼ਾਨ ਕੁਰਸੀ ਆ, ਆਹ ਛੋਟੀਆਂ ਮੋਟੀਆਂ ਦੁਕਾਨਾਂ ਨੇ ਕਾਫੀ, ਪਰ ਜਿਹੜੀ ਹੁੰਮਸ ਸੀ ਬਣੀ ਹੋਈ ਆ ਨਾ, ਉਹਨੇ ਕੰਮ ਖਰਾਬ ਕਰਦੀ ਆ। ਇੱਥੇ ਇੱਕ ਗੱਲ ਨੋਟ ਕਰਿਓ, ਤੁਹਾਨੂੰ ਦੱਸਾਂਗਾ ਬਾਅਦ 'ਚ। ਚਲੋ, ਆਪਾਂ ਕਰਵਾਈ ਚਾਹ ਇੱਥੋਂ, ਟਿੱਡ ਪਹਿਲੀ ਭਰਿਆ ਸੀ ਇਸ ਲਈ ਚਾਹ ਕਰਵਾ ਕੇ ਲੱਗੇ ਪੀਣ, ਪਰ ਗਰਮੀ ਯਾਰ ਗਰਮੀ ਨੇ ਬੱਟ ਕੱਢ ਰੱਖਿਆ ਅੱਜ ਤਾਂ। ਚਲੋ ਅੱਜ ਚੱਲਦੇ ਅੰਦਰ, ਤੁਹਾਨੂੰ ਦਿਖਾਉਂਦੇ ਹਾਂ। ਖਾਣਾ ਪੀਣਾ ਤਾਂ ਆਪਾਂ ਇਕੱਲੀ ਚਾਹ ਹੀ ਪੀਣੀ ਸੀ, ਕਿਉਂਕਿ ਪਰੌਂਠੇ ਅਜੇ ਤੱਕ ਨਹੀਂ ਖਾਦੇ ਹੋਏ ਜਿਹੜੇ ਸਵੇਰੇ ਖਾਧੇ ਸੀ। ਆਹ ਦੇਖੋ ਅੰਦਰ ਦੀ ਡੈਕੋਰੇਸ਼ਨ, ਆਹ ਖੜਾ ਗਾ ਪੁਰਾਣੇ ਸਮੇਂ ਦਾ ਟਰੱਕ ਜਿਹਦੀਆਂ ਲਾਈਟਾਂ 24 ਘੰਟੇ ਚੱਲਦੀਆਂ ਰਹਿੰਦੀਆਂ ਨੇ, ਬੰਦ ਹੀ ਨਹੀਂ ਕਰਦੇ ਪਤਾ ਅੰਦਰ। ਆਹ ਇੱਥੇ ਇੱਕ ਗੱਲ ਹੋਰ ਦੇਖਣ ਵਾਲੀ ਆ, ਦੇਖੋ ਤੁਸੀਂ ਪੁਰਾਣੇ ਤੋਂ ਪੁਰਾਣਾ ਭਾਂਡਾ ਇਹਨਾਂ ਨੇ ਰੱਖਿਆ ਹੋਇਆ, ਜਿਹੜਾ ਪੰਜਾਬੀ ਵਿਰਾਸਤ ਦੇ ਵਿੱਚ ਹੁੰਦਾ। ਆਹ ਡੋਲੂ ਆ ਪਿੱਤਲ ਦਾ, ਭਾਂਡੇ ਆ ਪਿੱਤਲ ਦੇ, ਛੰਨਾ ਪਿਆ ਗਾ, ਆਹ ਟੋਕਰੀ ਆ ਜਿਹੜੀ, ਫਿਰ ਇੱਕ ਵਿੱਚ ਟੋਕਰਾ ਪਿਆ ਜਿਹੜਾ ਤੂਤ ਦਾ ਬਣਦਾ ਗਾ। ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਮੰਨ ਲਓ ਵੀ ਖੇਤ ਨੂੰ ਰੋਟੀ ਆਉਂਦੀ ਸੀ, ਉਹ ਸਾਰਾ ਸਿਸਟਮ ਆ। ਉਹ ਜੱਗ ਦੇਖੋ, ਇਹ ਵੀ ਪਿੱਤਲ ਦਾ ਗਾ, ਆਹ ਟੀਫਨ ਆ, ਇਹ ਤਾਂਬੇ ਦਾ ਗਾ, ਆਹ ਸਾਰਾ ਪੁਰਾਣਾ। ਆਹ ਵੀ ਇਹ ਵੀ ਪਿੱਤਲ ਦੀ ਆਈਟਮ ਆ, ਕੱਦੂਕਾਸ। ਆਹ ਦੂਜਾ ਗੋਲ ਕੱਦੂਕਾਸ ਆ ਗਿਆ, ਅਤੇ ਆ ਫਿਰ ਛੰਨਾ ਆ ਗਿਆ, ਛੰਨਾ ਚੂਰੀ ਵਾਲਾ ਕਹਿੰਦੇ ਨੇ ਜਿਹਨੂੰ, ਉਹ ਛੰਨਾ ਇਹ। ਇਹਨਾਂ ਕੋਲ ਪੰਜਾਬੀ ਜਿਹੜੀ ਵਿਰਾਸਤ ਆ ਗਈ ਇੱਥੇ ਸਾਰੀ ਵੀ, ਆਹ ਦੇਖੋ ਇਹਨੂੰ ਕਿਆ ਕਹਿੰਦੇ ਆ, ਹੁਣ ਮੇਰੇ ਨਾਮ ਨਹੀਂ ਯਾਦ ਆ ਰਿਹਾ, ਜੇ ਤੁਹਾਨੂੰ ਯਾਦ ਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ, ਠੀਕ ਹੈ। ਬਾਕੀ ਇੱਥੇ ਹਰ ਇੱਕ ਚੀਜ਼ ਪਈ ਆ ਪੁਰਾਣੀ ਤੋਂ ਪੁਰਾਣੀ। ਆਹ ਦੇਖੋ ਹਲ, ਇਹਨਾਂ ਨੂੰ ਇੱਕ ਇਹਨਾਂ ਨੇ ਫਰੇਮ ਦੇ ਵਿੱਚ ਜੜਿਆ ਹੋਇਆ। ਬਾਕੀ ਆ ਛੋਟੇ ਛੋਟੇ ਟਰੈਕਟਰ, ਗੱਡਾ, ਇੱਦਾਂ ਛੋਟੇ ਛੋਟੇ ਕਰਕੇ ਆ ਜਿਹੜੇ ਕੋਨ ਜੇ ਬਣਾਏ ਉਹਨੇ, ਜਿਹਨੂੰ ਅਪਾਲੇ ਕਹਿੰਦੇ ਨੇ, ਉਹਨਾਂ ਦੇ ਵਿੱਚ ਨੇ। ਇੱਕ ਇੱਥੇ ਚੀਜ਼ ਨੋਟ ਕਰਨ ਵਾਲੀ ਆ, ਆਹ ਸਾਰੇ ਯੂਪੀ ਬਿਹਾਰ ਦੇ ਬੰਦੇ ਨੇ, ਉਹ ਜਿੰਨੇ ਫਿਰਦੇ ਆ ਯਾਰ, ਜਿੰਨੇ ਆ ਅੰਦਰ ਫਿਰਦੇ ਨੇ, ਜਿਨ੍ਹਾਂ ਨੂੰ ਬਨਾਉਟੀ ਪੰਜਾਬੀ ਬਣਾਇਆ ਹੋਇਆ ਇਹਨਾਂ ਨੇ, ਕੋਈ ਪੰਜਾਬੀ। ਆ ਜਿਹੜੀ ਵੀਡੀਓ ਤੁਸੀਂ ਹੁਣ ਦੇਖੀ ਹੈਗੀ, ਇਹਦੇ ਵਿੱਚ ਇਕੱਲਾ ਜਲੰਧਰ ਹਵੇਲੀ ਨਹੀਂ, ਬਾਕੀ ਹੋਰ ਵੀ ਕਾਫੀ 5-star ਹੋਟਲ ਨੇ ਜਿੱਥੇ ਜਿਹੜੇ ਸਿਕਿਉਰਿਟੀ ਗਾਰਡ ਆਪਣੇ ਪੰਜਾਬੀ ਹੁੰਦੇ ਨੇ। ਅਦਰ ਸਟੇਟ ਦੇ ਬੰਦੇ ਬੜੇ ਘੱਟ ਦੇਖੇ ਨੇ ਸਿਕਿਉਰਿਟੀ ਗਾਰਡ ਲਾਈਨ ਦੇ ਵਿੱਚ, ਇਹ ਆਪਣੇ ਵਾਲਿਆਂ ਨੂੰ ਜ਼ਿਆਦਾ ਸਿਕਿਉਰਿਟੀ ਗਾਰਡ ਦੇ ਵਿੱਚ ਹੀ ਹੁੰਦੇ ਨੇ। ਇਹ ਤਾਂ ਹੁਣ
ਹਰ ਇੱਕ ਦੀ ਆਪੋ ਆਪਣੀ ਸੋਚ ਆ, ਕੋਈ ਕੁਛ ਕਹਿੰਦਾ ਕੋਈ ਕੁਛ ਸੋਚ ਹੁੰਦੀ ਆ, ਪਰ ਜਿਹੜਾ ਜਲੰਧਰ ਹਵੇਲੀ ਦੇ ਵਿੱਚ ਜਿਹੜੇ ਪੰਜਾਬੀ ਬੰਦੇ ਨੇ ਉਹਨਾਂ ਨੂੰ ਸਿਕਿਉਰਿਟੀ ਗਾਰਡ ਬਾਹਰ ਰੱਖਿਆ ਹੋਇਆ, ਅਤੇ ਜਿਹੜੇ ਅਦਰ ਸਟੇਟ ਦੇ ਬੰਦੇ ਨੇ, ਚਲੋ ਕਿਸੇ ਆਪਾਂ ਸਟੇਟ ਦਾ ਨਾਮ ਨਹੀਂ ਲੈਂਦੇ, ਉਹਨਾਂ ਨੂੰ ਉੱਥੇ ਇੱਕ ਪੰਜਾਬੀ ਡਰੈਸ ਪਾ ਕੇ, ਜੁੱਤੀ ਪਵਾ ਕੇ, ਇੱਕ ਜਿਹੜੇ ਪੰਜਾਬੀ ਕਲਚਰ ਦੇ ਇਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਉੱਥੇ ਪੰਜਾਬੀ ਬਣਾ ਕੇ ਰੀਪ੍ਰਜੈਂਟ ਕਰਿਆ ਜਾਂਦਾ। ਜਦਕਿ ਹਵੇਲੀ ਅਤੇ ਉਹਨਾਂ ਨੇ ਆਪਣਾ ਸਾਰੀ ਪੰਜਾਬੀ ਕਲਚਰ, ਪੰਜਾਬੀ ਖਾਣਾ ਪੰਜਾਬ ਤੋਂ ਚੱਲ ਰਿਹਾ, ਮੰਨ ਲਓ ਪੰਜਾਬ ਦੇ ਇੱਕ ਨਾਮ 'ਤੇ ਉਹ ਚੱਲਦੀ ਪਈ ਆ, ਪਰ ਉਹ ਪੰਜਾਬੀ ਦੇ ਨਾਲ ਉਹਨਾਂ ਨੂੰ ਵੀ ਚਾਹੀਦਾ ਨਾ ਅਸੀਂ ਵਫਾਈ ਕਰੀਏ, ਜਿਹੜੇ ਆਪਣੇ ਪੰਜਾਬ ਦੇ ਮੁੰਡੇ ਨੇ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਹਰ ਕਿਤੇ ਪੰਜਾਬ ਦੇ ਵਿੱਚ। ਮੈਂ ਤਾਂ ਇਹੀ ਸਮਝਦਾ, ਕਿਹੜਾ ਵੀ ਫੀਲਡ ਹੋਵੇ ਆਪਣੇ ਪੰਜਾਬ ਦੇ ਬੰਦੇ ਨੂੰ ਪੰਜਾਬੀ ਆਪਣੀ ਪਹਿਲ ਦੇਣ। ਮੈਂ ਇੱਕ ਆਪਣਾ ਮੈਂ ਆਪਣੀ ਸੋਚ ਦੱਸ ਰਿਹਾ ਮੈਂ ਤੁਹਾਨੂੰ, ਪਰ ਮੈਂ ਹੁਣ ਜਿੱਥੋਂ ਵੀ ਕੋਈ ਸਬਜ਼ੀ ਖਰੀਦਣੀ, ਕੋਈ ਫਲ ਖਰੀਦਣਾ, ਕੋਈ ਕੁਝ ਵੀ ਖਰੀਦਣਾ, ਮੈਂ ਚਾਹੇ 5-10 ਰੁਪਏ ਮਹਿੰਗੀ ਪੈ ਜੇ ਪਰ ਆਪਦੇ ਪੰਜਾਬੀ ਬੰਦੇ ਤੋਂ ਖਰੀਦਣਾ, ਨਾਲੇ ਤਾਂ ਉਹ ਸਫਾਈ ਹੁੰਦੀ ਆ ਚੀਜ਼ ਦੀ, ਫਿਰ ਵੀ ਉਹਦਾ ਫਰਕ ਰਹੂਗਾ ਤੁਹਾਡੀ ਅਦਰ ਸਟੇਟ ਵਾਲਿਆਂ ਨਾਲੋਂ। ਤੁਸੀਂ ਇਹ ਗੱਲ ਦਾ ਨੋਟ ਧਿਆਨ ਜ਼ਰੂਰ ਨੋਟ ਕਰਿਓ।